ਹਾਂਜੀ ਗੁਰੂ ਸਟੱਡੀ ਪੁਆਇੰਟ ਤੇ ਆਪ ਜੀ ਦਾ ਸਵਾਗਤ ਹੈ ਜੀ ਸੋ ਦੋਸਤੋ ਲੈ ਕੇ ਆਏ ਆ ਐਸਐਸਟੀ ਦੀ ਤਿਆਰੀ ਦੇ ਲਈ ਪੋਲੀਟੀਕਲ ਸਾਇੰਸ ਦਾ ਅੱਜ ਪੰਜ ਨੰਬਰ ਲੈਕਚਰ ਹੈ ਜੀ ਚਾਰ ਲੈਕਚਰ ਆਪਣੇ ਚੈਨਲ ਦੀ ਪਲੇਲਿਸਟ ਦੇ ਵਿੱਚ ਜਾ ਕੇ ਤੁਸੀਂ ਦੇਖ ਸਕਦੇ ਹੋ ਤੇ ਹਿਸਟਰੀ ਦੇ ਨਾਲ ਸੰਬੰਧਿਤ ਆਪਾਂ ਲਗਭਗ 24-25 ਲੈਕਚਰ ਪਾ ਚੁੱਕੇ ਆ ਉਹ ਵੀ ਤੁਸੀਂ ਦੇਖ ਸਕਦੇ ਹੋ ਆਪਣਾ ਚੈਨਲ ਤੁਸੀਂ ਸਬਸਕ੍ਰਾਈਬ ਕਰਨਾ ਜੀ ਗੁਰੂ ਸਟਡੀ ਪੁਆਇੰਟ ਫਿਰ ਚੈਨਲ ਨੂੰ ਤੁਸੀਂ ਓਪਨ ਕਰਨਾ ਹੈ ਗੁਰੂ ਸਟਡੀ ਪੁਆਇੰਟ ਜਿੱਥੇ ਚੈਨਲ ਦਾ ਨਾਮ ਲਿਖਿਆ ਹੈ ਉੱਤੇ ਕਲਿੱਕ ਕਰਦੇ ਹੋ ਓਪਨ ਹੋ ਜਾਊਗਾ ਤਾਂ ਤੁਹਾਡੇ ਉੱਪਰਲੇ ਪਾਸੇ ਮੋਬਾਈਲ ਦੇ ਖੁੱਲ ਜਾਣਗੇ ਹੋਮ ਵੀਡੀਓਜ਼ ਤੇ ਪਲੇਲਿਸਟ ਤਾਂ ਤੁਸੀਂ ਪਲੇਲਿਸਟ ਨੂੰ ਕਲਿੱਕ ਕਰਨਾ ਹੈ ਪਲੇਲਿਸਟ ਦੇ ਵਿੱਚ ਤੁਹਾਡੇ ਕੋਲੇ ਸਾਰੇ ਗਰੁੱਪ ਖੁੱਲ ਜਾਣਗੇ ਅਲੱਗ-ਅਲੱਗ ਵਿਸ਼ਿਆਂ ਦੇ ਤਾਂ ਉੱਥੋਂ ਜਾ ਕੇ ਤੁਸੀਂ ਐਸਐਸਟੀ ਮਾਸਟਰ ਕੈਡਰ ਹਿਸਟਰੀ ਦੀਆਂ 25 ਵੀਡੀਓਜ਼ ਅੱਜ ਤੱਕ ਦੇਖ ਸਕਦੇ ਹੋ ਐਸਐਸਟੀ ਮਾਸਟਰ ਕੈਡਰ ਪੋਲੀਟੀਕਲ ਸਾਇੰਸ ਦੇ ਪੰਜ ਨੰਬਰ ਲੈਕਚਰ ਅੱਜ ਆਪਾਂ ਉਥੇ ਸਬਮਿਟ ਕਰ ਦਿਆਂਗੇ ਤੁਸੀਂ ਉੱਥੋਂ ਦੇਖ ਸਕਦੇ ਹੋ ਸੋ ਪਲੇਲਿਸਟ ਦੇ ਵਿੱਚ ਜਾ ਕੇ ਸਾਰੇ ਲੈਕਚਰ ਸੁਣ ਸਕਦੇ ਹੋ ਜੀ ਤੁਸੀਂ ਤੇ ਸ਼ੁਰੂ ਕਰੀਏ ਜੀ ਅੱਜ ਦਾ ਲੈਕਚਰ ਕੇਂਦਰ ਅਤੇ ਰਾਜ ਪ੍ਰਬੰਧ ਦੇ ਨਾਲ ਸੰਬੰਧਿਤ ਹੈ ਵੀ ਕੇਂਦਰ ਕੇਂਦਰਾ ਜਿਹੜਾ ਆਪਣੀ ਸੈਂਟਰ ਗਵਰਨਮੈਂਟ ਹੈ ਤੇ ਪੰਜਾਬ ਸਟੇਟ ਗਵਰਨਮੈਂਟ ਹੁੰਦੀ ਹੈ ਹਨ ਇਹਨਾਂ ਦੇ ਵਿੱਚ ਕਿਹੜੇ-ਕਿਹੜੇ ਸਬੰਧ ਹੁੰਦੇ ਨੇ ਕਿਹੜੀਆਂ ਸ਼ਕਤੀਆਂ ਦੀ ਕਿਵੇਂ ਵੰਡ ਕੀਤੀ ਹੁੰਦੀ ਹੈ ਕਿਵੇਂ ਕੰਮ ਕਰਦੇ ਨੇ ਮਤਲਬ ਜਿਹੜੀ ਫੁੱਲ ਪਾਵਰ ਹੈ ਉਹ ਕੇਂਦਰ ਕੋਲੇ ਹੁੰਦੀ ਹੈ ਫਿਰ ਕੇਂਦਰ ਦੇ ਵਿੱਚੋਂ ਅੱਗੇ ਅਲੱਗ ਹੁੰਦੇ ਨੇ ਸਟੇਟ ਦੇਖੋ ਸਟੇਟ ਕੋਲੇ ਵੀ ਬਹੁਤ ਸਾਰੀ ਪਾਵਰ ਹੁੰਦੀ ਹੈ ਸੀਐਮ ਬਣਦਾ ਜਿਵੇਂ ਪਾਧਾਨ ਦੇ ਤੌਰ ਤੇ ਦੇ ਸੀਗੇ ਜਿਵੇਂ ਹੁਣ ਕੇਂਦਰ ਦੇ ਵਿੱਚ ਮੋਦੀ ਸਰਕਾਰ ਹੈ ਤੇ ਪੰਜਾਬ ਦੇ ਵਿੱਚ ਸਟੇਟ ਦੇ ਵਿੱਚ ਮਾਨ ਸਰਕਾਰ ਆ ਭਵੰਤਵਾਨ ਦੀ ਸਰਕਾਰ ਆ ਇਹਨਾਂ ਦੇ ਆਪਸੀ ਸਬੰਧ ਵੀ ਹੁੰਦੇ ਨੇ ਇਹ ਕਿਵੇਂ ਰਲ ਮਿਲ ਕੇ ਦੇਸ਼ ਦੇ ਵਿੱਚ ਕੰਮ ਕਰਦੇ ਨੇ ਸੋ ਆਪਾਂ ਇਹਨਾਂ ਨਾਲ ਸੰਬੰਧਿਤ ਕੁਝ ਪ੍ਰਸ਼ਨ ਲੈ ਕੇ ਆਏ ਆ ਅੱਜ 16-17 ਪ੍ਰਸ਼ਨ ਨੇ ਬਹੁਤ ਜ਼ਿਆਦਾ ਕੀਮਤੀ ਨੇ ਜੁੜੇ ਰਹੋ ਚੈਨਲ ਦੇ ਨਾਲ ਸਬਸਕ੍ਰਾਈਬ ਕਰ ਲਿਓ ਚੈਨਲ ਨੂੰ ਸ਼ੁਰੂ ਕਰੀਏ ਜੀ ਪਹਿਲਾ ਪ੍ਰਸ਼ਨ ਕਿਸ ਅਨੁਸੂਚੀ ਦੇ ਅਨੁਸਾਰ ਭਾਰਤ ਦੇ ਕੇਂਦਰ ਅਤੇ ਰਾਜਾਂ ਵਿਚਕਾਰ ਸ਼ਕਤੀਆਂ ਦੀ ਵੰਡ ਕੀਤੀ ਹੋਈ ਹੈ ਸੋ ਕਿਹੜੀ ਅਨੁਸੂਚੀ ਦੇ ਅਨੁਸਾਰ ਹੁੰਦਾ ਜੀ ਉਹ ਮਤਲਬ ਇਹਨਾਂ ਦੇ ਵਿੱਚ ਕੇਂਦਰ ਤੇ ਰਾਜਾਂ ਦੇ ਵਿੱਚ ਨਾ ਸ਼ਕਤੀਆਂ ਦੀ ਵੰਡ ਆ ਇਹ ਸ਼ਕਤੀਆਂ ਦੀ ਵੰਡ ਸੰਵਿਧਾਨ ਦੀ ਕਿਹੜੀ ਅਨੁਸੂਚੀ ਦੇ ਵਿੱਚ ਲਿਖੀ ਹੋਈ ਹੈ ਵੀ ਉੱਥੋਂ ਇਹਨੇ ਡਿਸਾਈਡ ਕੀਤਾ ਹੋਇਆ ਵੀ ਕਿਵੇਂ-ਕਿਵੇਂ ਵੰਡ ਹੋਊਗੀ ਤੀਜੀ ਅਨੁਸੂਚੀ ਸੱਤਵੀਂ ਅਨੁਸੂਚੀ ਅੱਠਵੀਂ ਅਨੁਸੂਚੀ ਜਾਂ 11ਵੀਂ ਅਨੁਸੂਚੀ ਸੋ ਇਹ ਹੈ ਜੀ অপਸ਼ਨ ਨੰਬਰ 2 ਸਹੀ ਹੈ 7ਵੀਂ ਅਨੁਸੂਚੀ ਦੇ ਵਿੱਚ ਕੇਂਦਰ ਤੇ ਰਾਜਾਂ ਦੇ ਵਿਚਕਾਰ ਸ਼ਕਤੀਆਂ ਦੀ ਵੰਡ ਦਾ ਸਾਰਾ ਬੇਰਬਾ ਨੋਟ ਕੀਤਾ ਹੋਇਆ ਸੋ 2 ਨੰਬਰ ਪ੍ਰਸ਼ਨ ਜੀ ਕੇਂਦਰ ਅਤੇ ਰਾਜਾਂ ਦੇ ਆਪਸੀ ਵਿਧਾਨਕ ਸਬੰਧਾਂ ਦਾ ਵਰਨਨ ਭਾਰਤੀ ਸੰਵਿਧਾਨ ਦੇ ਕਿਸ ਅਨੁਛੇਦ ਵਿੱਚ ਮਿਲਦਾ ਹੈ ਸੋ ਜਿਹੜੇ ਇਹਨਾਂ ਦੇ ਆਪਸੀ ਵਿਧਾਨਕ ਸਬੰਧ ਨੇ ਕੇਂਦਰ ਤੇ ਰਾਜ ਦੇ ਉਹਨਾਂ ਦਾ ਵਰਨਨ ਆਏ ਉਹਨਾਂ ਦੀ ਗੱਲਬਾਤ ਲਿਖੀ ਹੈ ਸਾਰੀ ਸੰਵਿਧਾਨ ਦੇ ਵਿੱਚ ਉਹ ਕਿਹੜੇ ਅਨੁਛੇਦ ਦੀ ਦੇ ਵਿੱਚ ਹੈ ਕਿੰਨੇ ਤੋਂ ਲੈ ਕੇ ਕਿੰਨੇ ਤੱਕ ਦੇ ਵਿੱਚ ਹੈ 245 ਤੋਂ 255 256 ਤੋਂ 63 239 ਤੋਂ 424 242 ਤੋਂ 245 ਸੋ ਇਹ ਆਪਸ਼ਨ ਨੰਬਰ 1 ਸਹੀ ਹੈ

245 ਤੋਂ 255 ਧਿਆਨ ਚ ਰੱਖਿਓ ਇਹ ਆਰਟੀਕਲ ਨੇ 245 ਤੋਂ ਸ਼ੁਰੂ ਹੋ ਜਾਂਦੇ ਆ 255 ਤੱਕ ਜਿਹਦੇ ਵਿੱਚ ਕੇਂਦਰ ਤੇ ਰਾਜਾਂ ਦੇ ਜਿਹੜੇ ਆਪਸੀ ਵਿਧਾਨਕ ਸੰਬੰਧ ਨੇ ਉਹਨਾਂ ਦਾ ਵਰਣਨ ਕੀਤਾ ਹੋਇਆ ਜੀ ਇੱਥੇ ਗੱਲਬਾਤ ਕੀਤੀ ਹੋਈ ਆ ਵੀ ਕਿੰਨੇ ਵਿਸ਼ਿਆਂ ਤੇ ਕੇਂਦਰ ਸਰਕਾਰ ਕਾਨੂੰਨ ਬਣਾਊਗੀ ਕੰਟਰੋਲ ਕਰੂਗੀ ਕਿੰਨੇ ਵਿਸ਼ਿਆਂ ਤੇ ਰਾਜ ਸਰਕਾਰ ਕੰਟਰੋਲ ਕਰੂਗੀ ਕਾਨੂੰਨ ਬਣਾਊਗੀ ਤੇ ਕਿੰਨੇ ਵਿਸ਼ੇ ਸਾਂਝੇ ਹੋਣਗੇ ਸਾਰੀ ਗੱਲਬਾਤ 245 ਤੋਂ 255 ਦੇ ਵਿੱਚਕਾਰ ਹੈ ਸਾਰਾ ਦੇ ਸਿਵਧਾਨ ਦੇ ਅਕੋਰਡਿੰਗ ਚੱਲਦਾ ਹੈ ਤੇ ਸਿਵਧਾਨ ਦੇ ਵਿੱਚ A ਤੋਂ Z ਗੱਲ ਹੈ ਆਪਾਂ ਉਹ ਪ੍ਰਸ਼ਨ ਕਰ ਰਹੇ ਹਾਂ ਹੁਣ ਵੀ ਕਿਹੜੀ ਗੱਲ ਸਿਵਧਾਨ ਦੇ ਕਿੱਥੇ ਲਿਖੀ ਹੋਈ ਹੈ ਬਸ ਇਹ ਦੇਸੀ ਜਿਹੇ ਤਰੀਕੇ ਨਾਲ ਆਪਾਂ ਸਿਵਧਾਨ ਪੜ੍ਹਨਾਗਾ ਸੋ ਤਿੰਨ ਨੰਬਰ ਪ੍ਰਸ਼ਨ ਜੀ ਕੇਂਦਰ ਅਤੇ ਰਾਜਾਂ ਵਿਚਕਾਰ ਵਿਧਾਨਕੀ ਅਤੇ ਪ੍ਰਸ਼ਾਸਨਿਕ ਸਬੰਧਾਂ ਦਾ ਜ਼ਿਕਰ ਭਾਰਤੀ ਸਿਵਧਾਨ ਦੇ ਕਿਹੜੇ ਭਾਗ ਦੇ ਵਿੱਚ ਹੈ ਦੇਖੋ ਸਿਵਧਾਨ ਦੇ ਵਿੱਚ ਉਹਨਾਂ ਸੂਚੀਆਂ ਨੇਗੀਆਂ ਆਰਟੀਕਲ ਨੇ ਭਾਗ ਨਹੀਂ ਸੋ ਇਹਨਾਂ ਦੇ ਵਿੱਚ ਹੁਣ ਪੁੱਛਿਆ ਗਿਆ ਵੀ ਇਹ ਜਿਹੜੇ ਸੰਵਿਧਾਨਕ ਤੇ ਪ੍ਰਸ਼ਾਸਨਕ ਇਹਨਾਂ ਦੇ ਸਬੰਧ ਨੇ ਉਹ ਕਿਹੜੇ ਭਾਗ 'ਚ ਨੇ 9ਵੇਂ 'ਚ 10ਵੇਂ 'ਚ 11ਵੇਂ 'ਚ ਜਾਂ 12ਵੇਂ ਦੇ ਵਿੱਚ ਸੋ ਇਹ ਤਿੰਨ ਨੰਬਰ ਆਪਸ਼ਨ ਸਹੀ ਹੈ 11ਵੇਂ ਭਾਗ ਦੇ ਵਿੱਚ ਇਹ ਸਾਰੀ ਗੱਲਬਾਤ ਦਰਜ ਕੀਤੀ ਹੋਈ ਹੈ ਜੀ 4 ਨੰਬਰ ਪ੍ਰਸ਼ਨ ਦੋਸਤੋ ਕੇਂਦਰ ਅਤੇ ਰਾਜਾਂ ਵਿਚਕਾਰ ਸ਼ਕਤੀਆਂ ਦੀ ਵੰਡ ਕਿੰਨੀਆਂ ਸੂਚੀਆਂ ਵਿੱਚ ਕੀਤੀ ਹੈ ਵੈਰੀ ਵੈਰੀ ਇੰਪੋਰਟੈਂਟ ਪ੍ਰਸ਼ਨ ਹੈ ਜੀ ਕਿੰਨੀਆਂ ਸੂਚੀਆਂ ਨੇ ਵਿਕੇਂਦਰ ਦੇ ਕੰਮ ਅਲੱਗ ਰਾਜ ਦੇ ਕੰਮ ਅਲੱਗ ਸਾਂਝੇ ਕੰਮ ਅਲੱਗ ਇਹ ਸਾਰੀਆਂ ਗੱਲਾਂ ਵਾਸਤੇ ਕਿੰਨੀਆਂ ਸੂਚੀਆਂ ਦੇ ਵਿੱਚ ਵੰਡ ਕੀਤੀ ਹੋਈ ਆ ਸੰਘ ਸੂਚੀ ਰਾਜ ਸੂਚੀ ਸੰਵਰਤੀ ਸੂਚੀ ਉਪਰੋਕਤ ਸਾਰੇ ਸੋ ਇਹਨਾਂ ਦੇ ਵਿੱਚੋਂ ਕਿਹੜੀ ਹੋ ਆਪਸ਼ਨ ਨੰਬਰ 4 ਦੇ ਨਾਲ ਜਾਵਾਂਗੇ ਸਾਰੀਆਂ ਸੂਚੀਆਂ ਨੇ ਸੰਘ ਸੂਚੀ ਆ ਗਈ ਇੱਕ ਜਿੱਥੇ ਕੇਂਦਰ ਸਰਕਾਰ ਦਾ ਕੰਟਰੋਲ ਹੁੰਦਾ ਹੈ ਇਹ ਸਾਰੇ ਜਿੰਨੇ ਵਿਸ਼ੇ ਸੰਘ ਸੂਚੀ ਦੇ ਵਿੱਚ ਹੋਣਗੇ ਉਹਨਾਂ ਤੇ ਕੰਟਰੋਲ ਵੀ ਕੇਂਦਰ ਦਾ ਹੋਊਗਾ ਉਹਨਾਂ ਦੇ ਸੰਬੰਧੀ ਜੇ ਕੋਈ ਕਾਨੂੰਨ ਬਣਾਉਣਾ ਤਾਂ ਕੇਂਦਰ ਹੀ ਬਣਾਊਗਾ ਸੰਘ ਦਾ ਮਤਲਬ ਕੇਂਦਰ ਸੈਂਟਰ ਗਵਰਨਮੈਂਟ ਮੋਦੀ ਸਰਕਾਰ ਮੌਜੂਦਾ ਸਮੇਂ 'ਚ ਰਾਜ ਸੂਚੀ ਸਟੇਟ ਗਵਰਨਮੈਂਟ ਆ ਗਈ ਜਿਹੜੇ ਵਿਸ਼ੇ ਰਾਜ ਸਰਕਾਰ ਦੇ ਅੰਡਰ ਹੁੰਦੇ ਨੇ ਤੇ ਜਿਵੇਂ ਪੰਜਾਬ ਪੁਲਿਸ ਹੋਊਗੀ ਪੁਲਿਸ ਹੈ ਜਿਹੜੀ ਉਹ ਰਾਜ ਦੇ ਅੰਦਰ ਹੈ ਇਹ ਵਿਸ਼ੇ ਤੇ ਜੇਕਰ ਕਾਨੂੰਨ ਬਣਾਉਣਾ ਹੈ ਕੋਈ ਤਾਂ ਪੁਲਿਸ ਸਟੇਟ ਗਵਰਨਮੈਂਟ ਬਣਾਉਗੀ ਅ ਐਸੇ ਤਰ੍ਹਾਂ ਹੀ ਮੈਡੀਕਲ ਸਿਸਟਮ ਆ ਜਾਂਦਾ ਹਸਪੀਟਲ ਵਾਲੀ ਲਾਈਨ ਆ ਜਾਂਦੀ ਹੈ ਹੈਨਾ ਬਹੁਤ ਸਾਰੀਆਂ ਗੱਲਾਂ ਹੁੰਦੀਆਂ ਨੇ ਇਦਾਂ ਤੇ ਆਪਾਂ ਅਲੱਗ-ਅਲੱਗ ਵਿਸ਼ਿਆਂ ਤੇ ਇੱਕ ਦਿਨ ਵੀਡੀਓ ਬਣਾ ਦਾਂਗੇ ਤੇ ਸਾਂਭਰਤੀ ਸੂਚੀ ਹੁੰਦੀ ਹੈ ਕਿ ਜਿਹੜੀ ਸਾਂਝੀ ਸੂਚੀ ਹੁੰਦੀ ਹੈ ਜਿਆਦਾ ਕੰਟਰੋਲ ਇਹਦੇ ਤੇ ਕੇਂਦਰ ਦੇ ਹੀ ਹੁੰਦਾ ਪਰ ਇਹ ਸਾਂਝੀ ਜੀ ਹੁੰਦੀ ਆ ਉਪਰੋਕਤ ਸਾਰੇ ਆਪਸ਼ਨ ਨੰਬਰ 4 ਸਹੀ ਆਂਗੀ ਜੀ 5 ਨੰਬਰ ਪ੍ਰਸ਼ਨ ਸੰਗ ਸੂਚੀ ਵਿੱਚ ਕਿਹੜੇ ਕਿਹੜੇ ਵਿਸ਼ੇ ਸ਼ਾਮਲ ਹੁੰਦੇ ਨੇ ਵਿਦੇਸ਼ੀ ਮਾਮਲੇ ਸੁਰੱਖਿਆ ਸੰਚਾਰ ਅਤੇ ਬੈਂਕਿੰਗ ਉਪਰੋਕਤ ਸਾਰੇ ਸੋ ਜਿਹੜਾ ਕੇਂਦਰ ਸਰਕਾਰ ਹੈ ਉਹਦੇ ਕੋਲੇ ਕਿੰਨੇ ਵਿਸ਼ੇ ਸ਼ਾਮਲ ਹੁੰਦੇ ਨੇ ਪਹਿਲਾਂ ਉਹਦੇ ਕੋਲੇ ਨਾ ਮੂਲ ਰੂਪ ਦੇ ਵਿੱਚ ਸਿਧਾਨ ਬਣਿਆ 100 ਵਿਸ਼ੇ ਹੁੰਦੇ ਸੀ ਟੋਟਲ 100 ਵਿਸ਼ੇ ਅੱਜ ਕੱਲ੍ਹ ਉਹਦੇ ਕੋਲੇ ਮਤਲਬ 100 ਦੇ ਪਹਿਲਾਂ 97 ਹੁੰਦੇ ਸੀ ਸੱਚ ਸੌਰੀ ਪਹਿਲਾਂ 97 ਹੁੰਦੇ ਸੀਗੇ ਹੁਣ 100 ਨੇ ਹੁਣ ਅੱਜ ਦੇ ਸਮੇਂ 'ਚ 100 ਵਿਸ਼ਾ ਹੈਗਾ ਕੇਂਦਰ ਸਰਕਾਰ ਕੋਲੇ ਜੀਤੇ ਹੋ ਕਾਨੂੰਨ ਬਣਾ ਸਕਦੇ ਆ ਫੇਰ ਵੇਦਲ ਕਰ ਸਕਦੇ ਆ ਉਹਦੇ ਵਿੱਚੋਂ ਤਿੰਨ ਆਹਾ ਨੇ ਵਿਦੇਸ਼ੀ ਮਾਮਲੇ ਆ ਵਦੇਸ਼ਾਂ ਦੇ ਨਾਲ ਕਿਹੋ ਜੀ ਪਾਲਿਸੀ ਬਣਾਉਣੀ ਹੈ ਕਿਹੋ ਜੇ ਸਬੰਧ ਰੱਖਣੇ ਨੇ ਆਪਤਾ ਕਰਨਾਗਾ ਉਹਨਾਂ ਦੇ ਨਾਲ ਕਿਹੜੇ ਅਸੀਂ ਕਾਨੂੰਨਾਂ ਤੇ ਸਹਿਮਤੀ ਦੇਣੀ ਹੈ ਵਿਦੇਸ਼ਾਂ ਨੇ ਜਿਵੇਂ ਪਾਕਿਸਤਾਨ ਚੀਨ ਆ ਪਾਏ ਤੇ ਉਹ ਮਾਮਲਾ ਸਾਰਾ ਕੇਂਦਰ ਦੇ ਕੋਲੇ ਆ ਸਟੇਟ ਗਵਰਨਮੈਂਟ ਦਾ ਉੱਚ ਕੋਈ ਰੋਲ ਨਹੀਂ ਹੁੰਦਾ ਸੁਰੱਖਿਆ ਦੇਸ਼ ਦੀ ਸੁਰੱਖਿਆ ਦਾ ਵਿਸ਼ਾ ਜਿਹੜਾ ਉਹ ਕੇਂਦਰ ਕੋਲੇ ਹੁੰਦਾ ਮੰਨ ਲਓ ਜੇਕਰ ਹੁਣ ਪੰਜਾਬ ਜਿਹੇ ਰਾਜ ਦੇ ਵਿੱਚ ਜਾਂ ਹਰਿਆਣਾ ਜਿਹੇ ਰਾਜ ਦੇ ਵਿੱਚ ਕਿਸੇ ਵੀ ਰਾਜ ਦੇ ਵਿੱਚ ਕੋਈ ਪ੍ਰੋਬਲਮ ਆਉਂਦੀ ਹੈ ਜਿਹਦੇ ਨਾਲ ਦੇਸ਼ ਦੀ ਸੁਰੱਖਿਆ ਨੂੰ ਕੋਈ ਨੁਕਸਾਨ ਹੁੰਦਾ ਹੈ ਦੇਸ਼ ਤੇ ਭੀੜ ਪੈਂਦੀ ਹੈ ਤਾਂ ਉੱਥੇ ਸੈਂਟਰ ਗਵਰਨਮੈਂਟ ਉਹਦੀ ਨਾਲ ਦੇ ਨਾਲ ਆਰਮੀ ਲਾ ਦੂਗੀ ਉਹ ਸੁਰੱਖਿਆ ਦਾ ਮਾਮਲਾ ਸੈਂਟਰ ਕੋਲੇ ਆ ਸੰਚਾਰ ਤੇ ਬੈਂਕਿੰਗ ਇਹ ਸਾਰੀਆਂ ਗੱਲਾਂ ਸੈਂਟਰ ਗਵਰਨਮੈਂਟ ਕੋਲੇ ਹੁੰਦੀਆਂ ਨੇ ਸੰਗ ਵਿਸ਼ੂਚੀ ਦੇ ਵਿੱਚ ਸ਼ਾਮਲ ਹੁੰਦੀਆਂ ਨੇ ਆਪਸ਼ਨ ਨੰਬਰ 4 ਸਹੀ ਹੋਊਗਾ ਜੀ ਪ੍ਰਸ਼ਨ ਦਾ ਪਹਿਲਾ ਮੂਲੂ ਵਿੱਚ 97 ਵਿਸ਼ੇ ਹੁੰਦੇ ਸੀ ਅੱਜ ਕੱਲ 100 ਵਿਸ਼ਾ ਟੋਟਲ ਤੇ ਆਪਾਂ ਅਗਲਾ ਪ੍ਰਸ਼ਨ ਕਰਦੇ ਹਾਂ 6 ਨੰਬਰ ਸੰਘ ਸੂਚੀ ਵਿੱਚ ਸ਼ਾਮਲ ਵਿਸ਼ਾ ਤੇ ਕਾਨੂੰਨ ਬਣਾਉਣ ਦਾ ਅਧਿਕਾਰ ਇਹ ਪਾਸ ਨੂੰ 10 ਹੀ ਦੇ ਤੱਕ ਕੇਂਦਰ ਦਾ ਹੁੰਦਾ ਜੀ ਆਪਸ਼ਨ ਨੰਬਰ 1 ਸਹੀ ਆ 7 ਨੰਬਰ ਪ੍ਰਸ਼ਨ ਕਰਦੇ ਹਾਂ ਸੰਘ ਸੂਚੀ ਵਿੱਚ ਮੂਲ ਰੂਪ ਵਿੱਚ ਕਿੰਨੇ ਵਿਸ਼ੇ ਨੇ ਮੂਲ ਰੂਪ ਵਿੱਚ ਕਿੰਨੇ ਵਿਸ਼ੇ ਨੇ ਆਪਾਂ ਇਹ ਪ੍ਰਸ਼ਨ ਕਰਵਾ ਚੁੱਕੇ ਹਾਂ ਮੂਲ ਰੂਪ ਵਿੱਚ 97 ਨੇ ਅੱਜ ਕੱਲ 100 ਆਗਾ ਅਜਿਕਰ ਸੋਏ ਹੁਣ ਸੰਗ ਸੂਚੀ ਦੇ ਕੋਲੇ ਵਿਸ਼ੇ ਨੇ ਜਿਹੜੇ ਜਿੰਨਾ ਤੇ ਉਹ ਕਾਨੂੰਨ ਬਣਾ ਸਕਦੀ ਹੈ ਕੰਟਰੋਲ ਕਰ ਸਕਦੀ ਹੈ ਕੇਂਦਰ ਸਰਕਾਰ ਸਟੇਟ ਗਵਰਨਮੈਂਟ ਦੀ ਕੋਈ ਉਹਦੇ ਵਿੱਚ ਭਾਗੀਦਾਰੀ ਨਹੀਂ ਹੋਊਗੀ 9 8 ਨੰਬਰ ਪ੍ਰਸ਼ਨ ਜੀ ਸੰਗ ਸੂਚੀ ਵਿੱਚ ਵਰਤਮਾਨ ਵਿੱਚ ਕਿੰਨੇ ਆਪਾਂ ਬਾਰ ਬਾਰ ਉਹ ਪ੍ਰਸ਼ਨ ਆਈ ਜਾਂਦੇ ਆ ਸੌਰੀ ਟਾਈਪਿੰਗ ਦੇ ਵਿੱਚ ਸਾਰੇ ਇਕੱਠੇ ਟਾਈਪ ਕਰਦੇ ਆਪਾਂ ਤੇ ਆਪਾਂ ਇਹ ਤੁਹਾਨੂੰ ਦੱਸਿਆ ਵਰਤਮਾਨ ਦੇ ਵਿੱਚ 100 ਹੋਗੇ ਪਹਿਲਾਂ 97 ਹੁੰਦੇ ਸੀ 9 ਨੰਬਰ ਪ੍ਰਸ਼ਨ ਜੀ ਰਾਹ ਸੂਚੀ ਵਿੱਚ ਕਿਹੜੇ-ਕਿਹੜੇ ਵਿਸ਼ੇ ਸ਼ਾਮਲ ਹੁੰਦੇ ਨੇ ਆਪਾਂ ਥੋੜੀ ਜੀ ਚਾਤੀ ਮਾਰਦੇ ਆ ਪੰਜਾਬ ਪੁਲਿਸ ਹੁੰਦੀ ਆ ਇਹ ਵੀ ਸਹੀ ਆ ਜਨਤਕ ਸਿਹਤ ਤੇ ਸਫਾਈ ਮੈਂ ਸਿਹਤ ਤੁਹਾਨੂੰ ਦੱਸਿਆ ਵੀ ਮੈਡੀਕਲ ਸਹੂਲਤਾਂ ਤੇ ਸਫਾਈ ਹੈਨਾ ਖੇਤੀਬਾੜੀ ਖੇਤੀਬਾੜੀ ਦਾ ਜਿਹੜਾ ਵਿਸ਼ਾ ਉਹ ਰਾਹ ਸੂਚੀ ਕੋਲੇ ਆ ਉਪਰੋਕਤ ਸਾਰੇ ਆਪਸ਼ਨ ਨੰਬਰ 4 ਸਹੀ ਆ ਜੀ ਰਾਹ ਸੂਚੀ ਵਿੱਚ ਵਰਤਮਾਨ ਸਮੇਂ ਵਿੱਚ ਕਿੰਨੇ ਵਿਸ਼ੇ ਸ਼ਾਮਲ ਨੇ ਹੁਣ ਮਤਲਬ ਰਾਹ ਸੂਚੀ ਦੇ ਵਿੱਚ ਕਿੰਨੇ ਵਿਸ਼ੇ ਸ਼ਾਮਲ ਨੇਗੇ ਆਪਸ਼ਨ ਨੰਬਰ 1 ਸਹੀ ਹੈ ਕਾਰਡ ਵਿਸ਼ੇ ਸ਼ਾਮਲ ਨੇ ਪਹਿਲਾਂ ਕਿੰਨੇ ਹੁੰਦੇ ਸੀ 66 ਹੁਣ ਰਾਜ ਸੂਚੀ ਕੋਲੇ ਪਹਿਲਾਂ 66 ਹੁੰਦੇ ਸੀ ਮੂਲ ਰੂਪ ਦੇ ਵਿੱਚ 66 ਦੇ ਵਿੱਚੋਂ ਪੰਜ ਵਿਸ਼ੇ ਜ਼ਿਆਦਾਤਰ ਕੁਝ ਕੇਂਦਰ ਕੋਲੇ ਚਲੇ ਗਏ ਜਾਂ ਸੰਵਰਤੀ ਸੂਚੀ ਚ ਪਾਤੇ ਜਿਹੜੀ ਸਾਂਝੀ ਹੁੰਦੀ ਹੈ ਹੁਣ ਰਾਜ ਸੂਚੀ ਸਿਰਫ ਕਾਰਡ ਵਿਸ਼ਿਆਂ ਤੇ ਕਾਨੂੰਨ ਬਣਾ ਸਕਦੀ ਹੈ ਕੰਟਰੋਲ ਕਰ ਸਕਦੀ ਹੈ ਡਾਇਰੈਕਟ ਆਪ ਦੇ ਪੱਧਰ ਤੇ ਸੋ ਅਗਲਾ ਪ੍ਰਸ਼ਨ ਜੀ 11 ਨੰਬਰ ਸਿੱਖਿਆ ਦਾ ਵਿਸ਼ਾ ਕਿ ਸੂਚੀ ਵਿੱਚ ਆਉਂਦਾ ਹੈ ਸੋ ਇਹ ਪ੍ਰਸ਼ਨ ਬੜਾ ਬੜੀ ਬਹੁਤ ਜ਼ਿਆਦਾ ਇੰਪੋਰਟੈਂਟ ਹੈ ਕਿਉਂਕਿ ਆਪਾਂ ਸਾਰੇ ਲੋਕ ਜਿਹੜੇ ਪੜ ਰਹੇ ਹਾਂ ਸਿੱਖਿਆ ਦੇ ਨਾਲ ਸੰਬੰਧਿਤ ਨੇ ਸੋ ਇਹ ਵਿਸ਼ਾ ਕਿਹਦੇ ਅੰਡਰ ਆਉਂਦਾ ਹੈ ਸੰਗ ਸੂਚੀ ਦੇ ਰਾਜ ਸੂਚੀ ਦੇ ਸામਰਥੀ ਸੂਚੀ ਦੇ ਬੱਚੀਆਂ ਸ਼ਕਤੀਆਂ ਦੇ ਕਿਉਂਕਿ ਕੁਝ ਸ਼ਕਤੀਆਂ ਬੱਚੀਆਂ ਵੀ ਹੁੰਦੀਆਂ ਨੇਗੀਆਂ ਸੋ ਇਹ ਸામਰਥੀ ਸੂਚੀ ਦੇ ਵਿੱਚਕਾਰ ਆਉਂਦਾ ਜੀ ਸામਰਥੀ ਸੂਚੀ ਕੀ ਆ ਸਾਂਗ ਸੂਚੀ ਕੇਂਦਰ ਦੇ ਕੰਟਰੋਲ ਚ ਹੋ ਵੀ ਰਾ ਸੂਚੀ ਸਟੇਟ ਗਵਰਨਮੈਂਟ ਦੇ ਕੰਟਰੋਲ ਚ ਹੋ ਵੀ ਸਾਂਭਰਤੀ ਸੂਚੀ ਹੁੰਦੀ ਹੈ ਜਿਹੜੀ ਸਾਂਝੇ ਕੰਮ ਹੁੰਦੇ ਨੇ ਕੇਂਦਰ ਤੇ ਰਾਜ ਦੇ ਸਾਂਝੇ ਕੰਮ ਹੁੰਦੇ ਨੇ ਸਾਂਭਰਤੀ ਸੂਚੀ ਦੇ ਵਿੱਚ ਆਪਾਂ ਤੁਹਾਨੂੰ ਪਹਿਲਾਂ ਦੱਸਿਆਗਾ ਇਹਦੇ ਵਿੱਚ ਕਾਫੀ ਵਿਸ਼ੇ ਸੀ ਕਿ ਮੰਨ ਲਓ ਪਹਿਲਾਂ ਸੀਗੇ 47 ਅੱਜ ਕੱਲ 52 ਵਿਸ਼ੇ ਨੇ ਇਹਦੇ ਵਿੱਚ ਸਾਂਭਰਤੀ ਸੂਚੀ ਦੇ ਵਿੱਚ ਤੇ ਇਹਦੇ ਵਿੱਚ ਸਿੱਖਿਆ ਜਿਹੜੀ ਉਹ ਸੰਵਰਤੀ ਸੂਚੀ 'ਚ ਕੰਮ ਆ ਗਈ ਪਰ ਜਾਦਾ ਕੰਟਰੋਲ ਕੇਂਦਰ ਸਰਕਾਰ ਦਾ ਐਨਸੀਈਟੀ ਦੀ ਇੱਕ ਮਤਲਬ ਬਾਡੀ ਖੜੀ ਕੀਤੀ ਹੋਈ ਹੈ ਕੇਂਦਰ ਸਰਕਾਰ ਨੇ ਜਿਹੜੀ ਸਿੱਖਿਆ ਦੇ ਨਾਲ ਸੰਬੰਧਿਤ ਕਾਨੂੰਨ ਬਣਾਉਂਦੀ ਆ ਹੁਣ ਮੈਂ ਤੁਹਾਨੂੰ ਪਹਿਲਾਂ ਪਿਛਲੇ ਪ੍ਰਸ਼ਨ 'ਚ ਵੀ ਦੱਸਿਆ ਸੀਗਾ ਵੀ ਜਦੋਂ ਸਿੱਖਿਆ ਦੇ ਨਾਲ ਸੰਬੰਧਿਤ ਕੋਈ ਪਾਲਿਸੀ ਮੰਨ ਲਓ ਜਿਵੇਂ 2364 ਭਰਤੀ ਆਈ ਸੀ 2364 ਭਰਤੀ ਆਈ ਸੀ ਈਟੀਟੀ ਦੀ ਉਹ ਤੇ ਨਾ ਹੁਣ ਸਟੇ ਹੋਈ ਪਈ ਆ ਉਹ ਤੇ ਉਹ ਭਰਤੀ ਤੇ ਕੋਰਟ ਕੇਸ ਲਾਗੇ ਫਿਰ 6835 ਵੀ ਆਈ ਸੀ ਉਹਤੇ ਵੀ ਕੋਰਟ ਕੇਸ ਲੱਗੇ ਇੱਕ ਕੱਚੇ ਅਧਿਕਾਰੀਆਂ ਦਾ ਮਾਮਲਾ ਹੈ ਮਤਲਬ ਜੇ ਆਪਾਂ ਹੁਣ ਦੇਸੀ ਜੀ ਗੱਲ ਸਿੱਧੀ ਜੀ ਸੋਚੀਏ ਵੀ ਸਰਕਾਰ ਨੂੰ ਕੀ ਪ੍ਰੋਬਲਮ ਹੈ ਜਿਹੜੇ ਬੰਦਿਆਂ ਨੂੰ 18 ਸਾਲ ਹੋ ਗਏ ਉਹਨਾਂ ਨੂੰ ਸਿੱਧਾ ਰੈਗੂਲਰ ਕਰ ਦੋ ਬਹੁਤ ਸਮਾਂ ਹੋ ਗਿਆ ਪਰ ਕਰ ਨਹੀਂ ਸਕਦੇ ਕਿਉਂਕਿ ਇਹ ਸਾਮਰਤੀ ਸੂਚੀ ਦਾ ਵਿਸ਼ਾ ਹੈਗਾ 2364 ਨੂੰ ਹੁਣ ਭਗਵੰਤਬਾਨ ਸਿੱਧੇ ਆਰਡਰ ਦਿਵਾ ਨਹੀਂ ਸਕਦਾ ਕਿਉਂਕਿ ਸੰਵਰਤੀ ਸੂਚੀ ਦਾ ਵਿਸ਼ਾ ਕੇਂਦਰ ਦੇ ਵੱਲੋਂ ਬਣਾਏ ਹੋਏ ਕਾਨੂੰਨ ਫਾਲੋ ਕਰਨੇ ਪੈਣਗੇ 6635 ਦੇ ਵਿਸ਼ੇ ਤੇ ਵੀ ਕਿ ਭਗਵੰਤਬਾਨ ਸਿੱਧੇ ਆਰਡਰ ਨਹੀਂ ਦਿਵਾ ਸਕਦਾ ਸੰਵਰਤੀ ਦਾ ਸੂਚੀ ਦਾ ਵਿਸ਼ਾ ਹੈਗਾ ਕੇਂਦਰ ਦੇ ਕਾਨੂੰਨ ਫਾਲੋ ਕਰਨੇ ਪੈਣਗੇ ਸੋ ਤੁਸੀਂ ਗੱਲ ਸਾਰੀ ਸਮਝ ਗਏ ਹੋਵੋਗੇ ਸੋ ਜਿਹੜਾ ਕਾਨੂੰਨ ਕੇਂਦਰ ਦੇ ਵਿੱਚੋਂ ਬਣਿਆ ਹੋਇਆ ਸਿੱਖਿਆ ਨਾਲ ਸੰਬੰਧਤ ਉਹ ਫਾਲੋ ਕਰਨਾ ਹੀ ਪਊਗਾ ਪਰ ਆ 6635 2364 ਇਹਨਾਂ ਨੂੰ ਰਾਹਤ ਮਿਲ ਚੁੱਕੀ ਹੈ ਹੁਣ ਇਹਨਾਂ ਦਾ ਕੇਸ ਸੁਪਰੀਮ ਕੋਰਟ ਦੇ ਵਿੱਚੋਂ 15 ਮਾਰਚ ਦੇ ਵਿੱਚ ਉਹ ਜਿੱਤ ਚੁੱਕੇ ਨੇ ਜਿੱਤ ਨਹੀਂ ਚੁੱਕੇ ਮਤਲਬ ਇਹਨਾਂ ਦੇ ਥੋੜਾ ਜਿਹਾ ਹੱਕ ਚ ਚਲਾ ਗਿਆ ਜਿਸ ਦੇ ਨਾਲ ਇਹਨਾਂ ਨੂੰ ਰਾਹਤ ਮਿਲੀ ਸੋ ਪਾਈ ਗੱਲਾਂ ਤੋਂ ਆਪਣੇ ਪੜਨ ਵਾਲੇ ਵਿਸ਼ੇ ਵਾਲੀ ਜਾਣਦੇ ਆ ਆਪਸ਼ਨ ਨੰਬਰ 3 ਸਹੀ ਸੀ ਜੀ ਸਿੱਖਿਆ ਦਾ ਵਿਸ਼ਾ ਸੰਵਰਤੀ ਸੂਚੀ 'ਚ ਸ਼ਾਮਲ ਹੈ 12 ਨੰਬਰ ਪ੍ਰਸ਼ਨ ਸੰਵਿਧਾਨ ਦੇ ਕਿਹੜੇ ਅਨੁਛੇਦ ਸੰਕਟਕਾਲ ਨਾਲ ਸੰਬੰਧਤ ਹਨ ਸੰਕਟਕਾਲੀਨ ਸ਼ਕਤੀਆਂ ਹੁੰਦੀਆਂ ਜਿਹੜੀਆਂ ਉਹ ਰਾਸ਼ਟਰਪਤੀ ਕੋਲੇ ਹੁੰਦੀਆਂ ਨੇਗੀਆਂ ਜਦੋਂ ਦੇਸ਼ ਤੇ ਸੰਕਟ ਆਉਂਦਾ ਹੈ ਤਾਂ ਉਹ ਸਾਰੀਆਂ ਗੱਲਾਂ ਬਾਤਾਂ ਉਹਦੇ ਬਾਰੇ ਦੇ ਵਿੱਚ ਕੀ ਹੋਊਗਾ ਉਹ ਕਿਹੜੇ-ਕਿਹੜੇ ਅਨੁਛੇਦਾਂ ਦੇ ਵਿੱਚ ਲਿਖਿਆ ਹੋਇਆ ਹੈ 352 356 360 ਉਪਰੋਕਤ ਸਾਰੇ ਆਪਸ਼ਨ ਨੰਬਰ 4 ਸਹੀ ਹੈ ਜੀ ਸਾਰੇ ਮਤਲਬ ਇਹ ਅਨੁਛੇਦ ਸ਼ਾਮਲ ਨੇ ਉਹਦੇ ਵਿੱਚ 352 ਦੇ ਅਕੋਰਡਿੰਗ ਕੀ ਹੁੰਦੀ ਹੈ ਸਾਡਾ ਰਾਸ਼ਟਰਪਤੀ ਅਮਰ ਰਾਸ਼ਟਰੀ ਰਾਸ਼ਟਰੀ ਐਮਰਜੈਂਸੀ ਲੱਗਦੀ ਆ ਅ ਮਤਲਬ ਦੇਸ਼ ਲੈਵਲ ਦੀ ਐਮਰਜੈਂਸੀ ਲੱਗ ਜਾਂਦੀ ਆ ਇਹ ਕੁਝ ਥੋੜੇ ਜਿਹੇ ਹਿੱਸੇ ਤੇ ਵੀ ਲੱਗ ਸਕਦੀ ਆ ਸਾਰੇ ਦੇਸ਼ 'ਚ ਵੀ ਲੱਗ ਸਕਦੀ ਆ ਇਹ ਹੁਣ ਤੱਕ 3 ਵਾਰ ਲੱਗੀ ਆ 352 ਦੇ ਅਨੁਸਾਰ ਸਟੇਟ ਐਮਰਜੈਂਸੀ ਲੱਗਦੀ ਆ ਜੀ ਜਿਹੜੀ ਪੰਜਾਬ 'ਚ ਸਾਰਿਆਂ ਤੋਂ ਪਹਿਲੀ ਵਾਰ ਲੱਗੀ ਸੀ ਤੇ ਪੰਜਾਬ ਦੇ ਵਿੱਚ ਟੋਟਲ 8 ਵਾਰ ਲੱਗ ਚੁੱਕੀ ਆ ਜੀ ਤੇ ਅੱਗੇ 360 ਦੇ ਅਕੋਰਡਿੰਗ ਹੁੰਦੀ ਆ ਵਿੱਤੀ ਐਮਰਜੈਂਸੀ ਜਦੋਂ ਕੋਈ ਦੇਸ਼ ਦੇ ਵਿੱਚ ਅਰਥਵਿਵਸਥਾ ਨਾਲ ਸੰਬੰਧਤ ਸੰਕਟ ਖੜਾ ਹੁੰਦਾ ਹੈ ਤਾਂ ਦੇਸ਼ 'ਚ ਵਿੱਤੀ ਐਮਰਜੈਂਸੀ ਲੱਗ ਜਾਂਦੀ ਹੈ ਵਿੱਤੀ ਐਮਰਜੈਂਸੀ ਦਾ ਕੰਮ ਕੀ ਹੁੰਦਾ ਹੈ ਮੁਲਾਜ਼ਮਾਂ ਦੀਆਂ ਤਨਖਾਹਾਂ ਰੋਕ ਦਿੱਤੀਆਂ ਜਾਂਦੀਆਂ ਨੇ ਮੁਲਾਜ਼ਮਾਂ ਦੇ ਤਨਖਾਹਾਂ 'ਚੋਂ ਘਟਾ ਦਿੱਤੀਆਂ ਜਾਂਦੀਆਂ ਨੇ ਦੇਸ਼ ਦਾ ਬਤਲ ਖਜ਼ਾਨਾ ਭਰਨ ਦੇ ਲਈ ਹੁੰਦੀ ਆ ਪਰ ਅੱਜ ਤੱਕ ਇਹ ਕਦੇ ਵੀ ਨਹੀਂ ਲੱਗੀ ਵਿੱਤੀ ਐਮਰਜੈਂਸੀ ਸੋ ਇਹ ਸੀ ਸੰਕਟਕਾਲ ਦੇ ਨਾਲ ਸੰਬੰਧਿਤ ਤਿੰਨੇ ਤਰ੍ਹਾਂ ਦੇ ਅਨੁਸ਼ੇਦ ਨੇ ਜੀ ਇਹ অপਸ਼ਨ ਨੰਬਰ 4 ਸਹੀ ਸੀ ਪ੍ਰਸ਼ਨ ਦਾ 13 ਨੰਬਰ ਪ੍ਰਸ਼ਨ ਕਰੀਏ ਜੀ ਰਾਸ਼ਟਰੀ ਅਤੇ ਸੰਵਿਧਾਨਕ ਸੰਕਟਕਾਲ ਦੇ ਸਮੇਂ ਰਾ ਸੂਚੀ ਵਿੱਚ ਸ਼ਾਮਲ ਵਿਸ਼ਿਆਂ ਤੇ ਕੌਣ ਕਾਨੂੰਨ ਕੌਣ ਬਣਾਉਂਦਾ ਵੈਰੀ ਵੈਰੀ ਇੰਪੋਰਟੈਂਟ ਪ੍ਰਸ਼ਨ ਹੈਗਾ ਸਮਝਦਾਰਤ ਪ੍ਰਸ਼ਨ ਹੈਗਾ ਦਿਮਾਗ ਖੋਲਣ ਵਾਲੇ ਪ੍ਰਸ਼ਨ ਨੇ ਸੰਵਿਧਾਨ ਦੇ ਵਿੱਚ ਕੀ ਕੀ ਕੁਝ ਲਿਖਿਆ ਪਿਆ ਪ੍ਰਸ਼ਨ ਨੂੰ ਸਮਝੋ ਦੁਬਾਰੇ ਪੜਦੇ ਆ ਰਾਸ਼ਟਰੀ ਤੇ ਸੰਵਿਧਾਨਕ ਸੰਕਟਕਾਲ ਜਦੋਂ ਇਹ ਕੋਈ ਸੰਕਟ ਆ ਗਿਆ ਉਸ ਸਮੇਂ ਰਾਜ ਸੂਚੀ ਦੇ ਵਿੱਚ ਸ਼ਾਮਲ ਵਿਸ਼ਾ ਤੇ ਕਾਨੂੰਨ ਕੌਣ ਬਣਾਉਂਦਾ ਹੈ ਹੁਣ ਆਪਾਂ ਪਹਿਲਾਂ ਗੱਲ ਕਰਕੇ ਕਰਕੇ ਹਟਿਆਂ ਵੀ ਰਾਜ ਸੂਚੀ ਕੋਲੇ 61 ਵਿਸ਼ੇ ਨੇਗੇ ਪਹਿਲਾਂ 66 ਹੁੰਦੇ ਸੀ ਅੱਜ ਕੱਲ 61 ਨੇ ਉਹਨਾਂ ਤੇ ਜਿਹੜੇ ਕਾਨੂੰਨ ਬਣਾਉਂਦਾ ਉਹ ਰਾਜ ਬਣਾਉਂਦਾ ਪਰ ਜੇਕਰ ਰਾਸ਼ਟਰੀ ਜਾਂ ਸੰਵਿਧਾਨਕ ਸੰਕਟ ਦੀ ਸਥਿਤੀ ਹੋਵੇ ਤਾਂ ਕਾਨੂੰਨ ਕੌਣ ਬਣਾਉਂਦਾ ਹੈ ਤਾ ਮਤਲਬ অপਸ਼ਨ ਨੰਬਰ ਆਪਾਂ ਇੱਥੇ ਜਾਵਾਂਗੇ ਜੀ ਫਿਰ 1 ਦੇ ਨਾਲ ਫਿਰ ਸੰਘ ਹੀ ਬਣਾਊਗਾ ਕਾਨੂੰਨ ਮੰਨ ਲਓ ਪੰਜਾਬ ਦੇ ਵਿੱਚ ਰਾਸ਼ਟਰਪਤੀ ਰਾਜ ਲੱਗ ਗਿਆ ਤਾਂ ਕੰਟਰੋਲ ਕਿਹਦੇ ਕੋਲੇ ਚਲਾ ਗਿਆ ਰਾਸ਼ਟਰਪਤੀ ਕੋਲੇ ਚਲਾ ਗਿਆ ਉਸ ਸੰਕਟ ਦੀ ਸਥਿਤੀ ਦੇ ਵਿੱਚ ਰਾਸ਼ਟਰਪਤੀ ਰਾਜ ਲੱਗਣ ਦੇ ਬਾਵਜੂਦ ਜੇਕਰ ਪੰਜਾਬ ਦੇ ਵਿੱਚ ਕੋਈ ਕੰਮ ਕਰਨਾ ਹੈ ਜਾਂ ਕੋਈ ਕਾਨੂੰਨ ਬਣਾਉਣਾ ਤਾਂ ਫਿਰ ਉਦੋਂ ਕੇਂਦਰ ਸਰਕਾਰ ਹੀ ਕਾਨੂੰਨ ਬਣਾਊਗੀ ਜੀ ਸੋ ਇੱਥੇ ਸਮਝਣ ਵਾਲੀ ਗੱਲ ਆ ਆਪਸ਼ਨ ਨੰਬਰ 1 ਸਹੀ ਹੋ ਗਿਆ ਜੀ 14 ਨੰਬਰ ਪ੍ਰਸ਼ਨ ਪਾਰਟੀ ਸੰਵਿਧਾਨ ਦਾ ਕਿਹੜਾ ਆਰਟੀਕਲ ਬਚੀਆਂ ਸ਼ਕਤੀਆਂ ਸੰਗੀ ਸੰਸਦ ਦੇ ਅਧੀਨ ਕਰਦਾ ਕੁਝ ਸ਼ਕਤੀਆਂ ਬਚ ਜਾਂਦੀਆਂ ਨੇ ਨਾ ਤਾਂ ਸੰਵਰਤੀ ਸੂਚੀ ਚ ਆਉਂਦੀਆਂ ਨੇ ਨਾ ਰਾਜ ਰਾਜ ਸੂਚੀ ਚ ਆਉਂਦੀਆਂ ਨੇ ਨਾ ਕੇਂਦਰ ਦੇ ਕੰਟਰੋਲ ਚ ਹੁੰਦੀਆਂ ਨੇ ਉਹ ਸ਼ਕਤੀਆਂ ਉਹ ਬਚੀਆਂ ਸ਼ਕਤੀਆਂ ਤੇ ਸੰਗ ਕੰਟਰੋਲ ਦਾ ਹੀ ਮਤਲਬ ਅਧਿਕਾਰ ਹੋਊਗਾ ਇਹਦੇ ਬਾਰੇ ਇੱਕ ਸਪੈਸ਼ਲ ਮਤਲਬ ਆਰਟੀਕਲ ਬਣਾਇਆ ਹੋਇਆ ਹੈ ਸੰਵਿਧਾਨ ਦੇ ਵਿੱਚ ਜਿਹਦੇ ਵਿੱਚ ਇਹ ਗੱਲ ਲਿਖੀ ਹੋਈ ਆ ਸੋ 248 ਹੈ ਜੀ ਆਪਸ਼ਨ ਨੰਬਰ 1 ਸਹੀ ਹੈ 248 ਦੇ ਅਕੋਰਡਿੰਗ ਬੱਚੀਆਂ ਸ਼ਕਤੀਆਂ ਤੇ ਕਾਨੂੰਨ ਬਣਾਉਣ ਦਾ ਅਧਿਕਾਰ ਜਿਹੜਾ ਸੰਗੀ ਸੰਸਦ ਦਾ ਹੁੰਦਾ ਹੈ 15 ਨੰਬਰ ਪ੍ਰਸ਼ਨ ਸੰਵਿਧਾਨ ਦੇ ਅਨੁਛੇਦ 155 ਦੇ ਅਨੁਸਾਰ ਰਾਜਾਂ ਦੇ ਗਵਰਨਰ ਦੀ ਨਿਯੁਕਤੀ ਕਿਸ ਦੁਆਰਾ ਕੀਤੀ ਹੁੰਦੀ ਹੈ ਇੱਕ ਮਤਲਬ ਹਰੇਕ ਸਟੇਟ ਦੇ ਵਿੱਚ ਗਵਰਨਰ ਕੰਮ ਕਰਦਾ ਹੈ ਇਹਦੀ ਨਿਯੁਕਤੀ ਕੌਣ ਕਰਦਾਗਾ ਕਿਉਂਕਿ ਗਵਰਨਰ ਦੀ ਆਪਾਂ ਚੋਣ ਤਾਂ ਨਹੀਂ ਕਰਦੇ ਡਾਇਰੈਕਟ ਅਪੁਆਇੰਟਮੈਂਟ ਹੁੰਦਾਗਾ ਕਿਵੇਂ ਹੁੰਦਾ ਹੈ ਮੁੱਖ ਮੰਤਰੀ ਕਰਦਾ ਪ੍ਰਧਾਨ ਮੰਤਰੀ ਕਰਦਾ ਰਾਜ ਵਿਧਾਨ ਮੰਡਲ ਕਰਦਾ ਰਾਸ਼ਟਰਪਤੀ ਸੋ ਇਹ ਰਾਸ਼ਟਰਪਤੀ ਦੇ ਅੰਡਰ ਹੁੰਦਾ ਜੀ ਰਾਜਪਾਲ ਰਾਜਪਾਲ ਦੀ ਨਿਯੁਕਤੀ ਹੈ ਜਿਹੜਾ ਰਾਸ਼ਟਰਪਤੀ ਕਰਦਾ ਜੀ অপਸ਼ਨ ਨੰਬਰ 4 ਸਹੀ ਹੈ ਬਨਵਾਰੀ ਲਾਲ ਪ੍ਰੋਹਿਤ ਯਾਦ ਰੱਖਿਓ ਨਾਮ ਬਨਵਾਰੀ ਲਾਹਲ ਪ੍ਰੋਹਿਤ ਪੰਜਾਬ ਦੇ ਗਵਰਨਰ ਨੇ ਹੁਣ ਅ ਇਤਨਾ ਚੰਨੀ ਸਰਕਾਰ ਜਿਹੜੀ ਆਈ ਸੀ 111 ਦਿਨਾਂ ਦਾ ਵਰਕ ਕੀਤਾ ਸੀ ਉਹਨਾਂ ਨੇ ਉਹਨਾਂ ਨੇ 36000 ਮਲਾਜਮਾਂ ਨੂੰ ਪੱਕੇ ਕਰਨ ਦਾ ਇੱਕ ਬਿੱਲ ਬਣਾਇਆ ਸੀ ਉਹ ਬਿੱਲ ਦੇ ਉੱਤੇ ਬਣਵਾਰੀ لال ਪ੍ਰੋਹੋਤ ਨੇ ਸਾਈਨ ਨਹੀਂ ਕੀਤੇ ਸੀ ਕਹਿੰਦਾ ਇਹਦੇ ਵਿੱਚ ਖਾਮੀਆਂ ਨੇਗੀਆਂ ਉਦੋਂ ਇਹ ਚਰਚਾ 'ਚ ਬੜਾ ਰਿਹਾ ਸੀ ਇਹਨਾਂ ਦਾ ਨਾਮ ਸੋ 16 ਨੰਬਰ ਪ੍ਰਸੰਝੀ ਅੱਜ ਦੇ ਵੀਡੀਓ ਲੈਕਚਰ ਦਾ ਆਖਰੀ ਪ੍ਰਸ਼ਨ ਹੈ ਜੇਕਰ ਤੁਸੀਂ ਇਸ ਐਸਐਸਟੀ ਵਿਸ਼ੇ ਦੇ ਨਾਲ ਸੰਬੰਧਿਤ ਹਿਸਟਰੀ ਪੋਲੀਟੀਕਲ ਦੇ ਨੋਟਸ ਪ੍ਰਾਪਤ ਕਰਨੇ ਨੇ ਜਾਂ ਸਾਡੇ ਵਟਸਐਪ ਗਰੁੱਪ ਦੇ ਵਿੱਚ ਐਡ ਹੋਣਾ ਤਾਂ ਇਸ ਨੰਬਰ ਤੇ ਫੋਨ ਕਰ ਦਿਓ ਮੈਸੇਜ ਕਰ ਦਿਓ 8847477 007 ਜਿਹੜੇ ਨੋਟਸ ਤੁਹਾਨੂੰ ਦੇ ਰਿਹਾ ਆਪਾਂ ਉਹ ਐਸੀ ਤਰ੍ਹਾਂ ਟਾਈਪ ਕੀਤੇ ਹੋਏ ਨੇ ਜਿਹੜੀ ਵੀ ਗੱਲ ਨੋਟਸ ਦੇ ਵਿੱਚ ਲਿਖੀ ਹੋਊਗੀ ਉਹ ਆਪਣੇ ਆਪ ਚ ਪ੍ਰਸ਼ਨ ਹੋਊਗਾ ਸਾਰਾ ਸਿਲੇਬਸ ਕਵਰ ਹੋਊਗਾ 100% ਗਰੰਟੀ ਵਾਲੇ ਦੇਵਾਂਗੇ ਆਪਾਂ ਸਾਰੇ ਸਿਲੇਬਸ ਦੇ ਨਾਲ ਸੰਬੰਧਿਤ ਭਾਰਤੀ ਚੋਣ ਕਮਿਸ਼ਨ ਦੇ ਮੈਂਬਰਾਂ ਦੀ ਨਿਯੁਕਤੀ ਕਿਸ ਦੁਆਰਾ ਹੁੰਦੀ ਹੈ ਰਾਜਪਾਲ ਦੁਆਰਾ ਅਟਾਰਨੀ ਜਨਰਲ ਦੁਆਰਾ ਕੰਟਰੋਲਰ ਐਂਡ ਆਡੀਟਰ ਜਨਰਲ ਦੁਆਰਾ ਰਾਸ਼ਟਰਪਤੀ ਦੁਆਰਾ ਇਹ ਵੀ ਰਾਸ਼ਟਰਪਤੀ ਦੁਆਰਾ ਹੁੰਦੀ ਹੈ ਜੀ ਚੋਣ ਕਮਿਸ਼ਨਰ ਦੇ ਮੈਂਬਰ ਹੁੰਦੇ ਨੇ ਜਿਹੜੇ ਉਹਨਾਂ ਦੀ ਨਿਯੁਕਤੀ ਇੱਕ ਤਾਂ ਮੁੱਖ ਚੋਣ ਕਮਿਸ਼ਨਰ ਹੁੰਦਾ ਹੈ ਗਾਹਾਂ ਉਹਦੇ ਬਹੁਤ ਸਾਰੇ ਮੈਂਬਰ ਹੁੰਦੇ ਆ ਉਹਨਾਂ ਦੀ ਨਿਯੁਕਤੀ ਵੀ ਰਾਸ਼ਟਰਪਤੀ ਦੁਆਰਾ ਹੁੰਦੀ ਹੈ ਜਿਹਦੇ ਵਿੱਚ ਮੁੱਖ ਚੋਣ ਕਮਿਸ਼ਨਰ ਸਲਾਹ ਦੇ ਦਿੰਦਾ ਬਸ ਆਪਸ਼ਨ ਨੰਬਰ 4 ਸਹੀ ਹੈ ਜੀ ਵੀਡੀਓ ਨੂੰ ਲਾਈਕ ਸ਼ੇਅਰ ਕਰ ਦਿਓ ਜਿਹੜੇ ਦੋਸਤ ਨਵੇਂ ਨੇ ਚੈਨਲ ਤੇ ਉਹ ਸਬਸਕ੍ਰਾਈਬ ਕਰੋ ਜੀ ਚੈਨਲ ਨੂੰ ਮਿਲਦੇ ਆਂ ਅਗਲੇ ਵੀਡੀਓ ਲੈਕਚਰ ਦੇ ਵਿੱਚ ਤਦ ਤੱਕ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ